ਤਾਰ ਭਾਈ, ਅੱਜ ਜਿਹੜੀ ਤੁਹਾਨੂੰ ਅਸੀਂ ਚੀਜ਼ ਖਿਲਾ ਰਹੇ ਨਾ, ਉਹਦਾ ਨਾਮ ਹੈਗਾ ਬਿਰੀਆ। ਗਿਰੀਆ ਤਾਂ ਸੁਣਿਆ ਸੀ, ਬਿਰੀਆ ਕਿੱਥੋਂ ਆ ਗਿਆ? ਐਸਾ ਪਿਆਰਾ ਨਾਂ ਬੇਰੀਆ। ਕਿੱਦਾਂ ਬੇਰੀਆ, ਕੀ ਚੀਜ਼ ਹੈਗਾ? ਇਹ ਸਾਹਮਣੇ ਆਵਾਂਗੇ ਫਿਰ ਸਾਨੂੰ ਪਤਾ ਲੱਗੇਗਾ ਕਿ ਸਾਡਾ ਦੇਸੀ ਸਮਾਨ ਹੈਗਾ ਜਾਂ ਕਿ ਸਾਡੇ ਸੋਚ ਤੋਂ ਬਾਹਰ ਹੈਗਾ। ਗੋਸ਼ਤ ਪਿਆ, ਗੋਸ਼ ਇਹ ਤਾਂ ਲੱਗੀ ਜੀ, ਮਕਾਈ ਦੀ ਰੋਟੀ, ਮੈਦੇ ਦੀ ਰੋਟੀ ਹੈ। ਇਹਨੂੰ ਟਾਕੋ ਕਹਿੰਦੇ ਆ। ਟਾਕੋ, ਇਹ ਪਾਪੜ ਜਿਹਾ ਲੱਗ ਰਿਹਾ ਮੈਨੂੰ, ਸਮੋਸੇ ਦੀ ਤਰ੍ਹਾਂ। ਖੁਸ਼ਬੋ ਤੋਂ ਤਾਂ ਇਹ ਮੈਨੂੰ ਖੰਘ ਦਾ ਇਲਾਜ ਹੀ ਲੱਗਦਾ ਜੀ, ਯਕੀਨ ਕਰੋ। ਇਹੋ ਜਿਹਾ ਜਿਹੜਾ ਹੁੰਦਾ ਨਾ ਕੰਮ, ਇਹ ਮੈਨੂੰ ਲੱਗਦਾ ਕੋਈ ਸਹੀ ਕੋਈ ਸ਼ੋਰਬਾ ਟੈਪ ਚੀਜ਼ ਲੱਗਦੀ ਹੈ। ਚੀਜ਼ ਪਈ ਅਤੇ ਚਿਮੜੇ ਨਾਲ ਯਖਨੀ ਹੋ ਗਈ, ਜਿਵੇਂ ਠੰਡੇ ਲੋਕ ਯਖਨੀ ਬੜੇ ਸ਼ੌਕ ਨਾਲ ਇਸਤੇਮਾਲ ਕਰਦੇ ਨੇ, ਇਹ ਹੁਣ ਯਖਨੀ ਟੈਪ ਬਣਿਆ ਹੋਇਆ। ਵੇਖਣ ਜੀ ਮੈਨੂੰ ਇਹ ਸ਼ੋਰਾ ਸ਼ੋਰਾ ਲੱਗ ਰਿਹਾ, ਯਖਨੀ ਦਾ ਜਿਸ ਤਰ੍ਹਾਂ ਯਖਨੀ ਪਕਾ ਕੇ ਨਾ ਉਹਦਾ ਸ਼ੋਰਵਾ। ਇੱਧਰੋਂ ਹੀ ਚੱਕੀ ਮਾਰ ਲਈਏ। ਬਿਸਮਿਲ੍ਲਾ, ਇਹ ਸਮਝੋ ਯਖਨੀ ਟੈਪ ਹੈਗਾ। ਕਿਆ ਬਾਤ ਹੈ ਯਾਰ, ਤੁਸੀਂ ਤਾਂ ਬੜੀਆਂ ਮਜ਼ੇਦਾਰ ਚੀਜ਼ਾਂ ਖਾਂਦੇ ਹੋ ਯਾਰ। ਗੋਸ਼ਤ ਦਾ ਬੜਾ ਮਜ਼ੇਦਾਰ ਜ਼ਾਇਕਾ ਵਿੱਚ, ਉਹ ਗੋਸ਼ਤ ਦਾ ਆ ਜਾਂਦਾ, ਚੀਲ ਦਾ ਆ ਜਾਂਦਾ, ਹਲਕੇ ਸਪੈਸੀ ਕਿਉਂਕਿ ਇਸਨੇ ਮਿਰਚਾਂ ਪਾਈਆਂ ਹੋਈਆਂ ਨੇ। ਅਤੇ ਸਾਡੇ ਪਾਵਿਆਂ ਤਰ੍ਹਾਂ ਲੱਗ ਰਿਹਾ, ਬੌਂਗ ਪਾਇ ਪਕਾਏ। ਯਕੀਨ ਕਰੋ ਜੇ ਤੁਸੀਂ ਇਹੋ ਜਿਹੀਆਂ ਚੀਜ਼ਾਂ ਖਾਂਦੇ ਹੋ ਨਾ ਤਾਂ ਤੁਸੀਂ ਦੁਨੀਆ ਦੇ ਸਾਰਿਆਂ ਨਾਲੋਂ ਖੁਸ਼ ਕਿਸਮਤ ਲੋਕ ਹੋ। ਇਹ ਜਿਹੜੀ ਉੱਤੇ ਰੋਟੀ ਜੀ ਹੈ ਨਾ, ਬੜੀ ਖਸਤਾ ਹੈਗੀ। ਇਹੋ ਜਿਹੀ ਸਾਡੀ ਹਲਵਾ ਪੁੜੀ ਜਿਹੀ ਮਿਲਦੀ ਹੈ ਨਾ ਚੀਜ਼ਾਂ ਨਾਲ, ਉਹ ਵੀ ਇਹੋ ਜਿਹਾ ਜ਼ਾਇਕਾ ਦਿੰਦੀ ਹੈ। ਦੇਖੋ ਉਹਦੇ ਚਨੇ ਪਏ ਹੁੰਦੇ ਨੇ, ਇਹ ਬੜਾ ਗੋਸ਼ਤ ਪਾਇਆ ਕਿ ਅਸੀਂ ਨਾਨ ਨਾਲ ਖਾਂਦੇ ਹਾਂ ਅਤੇ ਇਹ ਪਾਪੜੀ ਨਾਲ ਖਾਂਦੇ ਨੇ, ਇਹ ਜ਼ਿਆਦਾ ਮਜ਼ੇਦਾਰ ਹੈ। ਘਿਓ ਲੱਗਾ ਹੋਇਆ, ਉਹਨੂੰ ਰੋਸਟ ਕੀਤਾ ਹੋਇਆ, ਮਤਲਬ ਪਰਾਠੇ ਤਾਂ ਮੇਰਾ ਘੁੱਟ ਲਾਇਆ ਸਾਜੇ ਨੇ ਦੇਸੀ ਘਿਓ। ਹਾਏ ਹਾਏ ਹਾਏ, ਕੀ ਚੀਜ਼ ਬਣਾਤੀ। ਅਤੇ ਗਲੇ ਦੇ ਵਿੱਚ ਅੜਦਾ ਨਹੀਂ, ਅਤੇ ਜਿਹੜਾ ਅਸੀਂ ਖਾਂਦੇ ਹਾਂ ਉਹ ਗਲੇ ਦੇ ਵਿੱਚ ਅੜਦਾ, ਫਿਰ ਉਹ ਤੋਂ ਲੱਸੀ ਦਾ ਗਲਾਸ ਪੀਣਾ ਪੈਂਦਾ। ਇਹ ਦੇਖੋ, ਪਹਿਲੇ ਇਹਨੂੰ ਫੜ ਕੇ ਗੋਲ ਕਰੋ, ਫਿਰ ਇਹਨੂੰ ਵਿੱਚ ਘੜੁੰਮ ਕਰੋ ਅਤੇ ਇਹ ਬਾਹਰ ਕੱਢ ਕੇ ਅਤੇ ਫਿਰ ਵੱਡਾ ਚੱਕ ਮਾਰਨਾ ਤੁਸੀਂ, ਅਤੇ ਜੇ ਦੰਦ ਹੋਣ ਤਾਂ, ਜੇ ਨਾ ਹੋਣ ਤਾਂ ਨਕਲੀ ਲਵਾ ਲੈਣਾ। ਐ ਮੈਨੂੰ ਇੰਝ ਲੱਗ ਰਿਹਾ ਜਿਵੇਂ ਨਾਸ਼ਤਾ ਨਹੀਂ ਕਰਦੇ ਬੌਂਗ ਪਾਇਆ ਦਾ, ਉਹ ਬੌਂਗ ਦੀ ਖੁਸ਼ਬੂਆਂ ਆ ਜਾਈਆਂ ਵਿੱਚ। ਜਿਵੇਂ ਇੰਝ ਲੱਗਦੀ ਜਿਵੇਂ ਯਖਨੀ ਅਸੀਂ ਪੀ ਰਹੇ ਹਾਂ, ਜਦੋਂ ਪਹਿਲੇ ਵਕਤ ਨਾ ਬੁਖਾਰ ਬੁਖੋ ਹੋ ਜਾਂਦਾ ਤਾਂ ਸਾਡੇ ਵੱਡੇ ਨਾ ਇਹੋ ਜਿਹਾ ਸ਼ੋਰਬਾ ਬਣਾ ਕੇ ਦਿੰਦੇ ਸਨ, ਲੱਗ ਯਾਰ ਇੱਕ ਤਾਂ ਤੁਹਾਡੀ ਛਾਤੀ ਜਿਹੜੀ ਖਰਾਬ ਹੋਈ ਉਹ ਠੀਕ ਹੋ ਜਾਏਗੀ, ਨਾਲ ਨਾਲ ਤੁਹਾਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਏਗਾ। ਮੈਂ ਨਾ ਯਕੀਨ ਕਰੋ, ਮੈਂ ਤਾਂ ਲਾਹੌਰੀਆਂ ਨੂੰ ਮਸ਼ਵਰਾ ਦੇਵਾਂਗਾ ਕਿ ਯਾਰ ਤੁਸੀਂ ਇਹ ਨਾ ਨਾਨ ਕੁਲਚੇ ਛੱਡੋ ਅਤੇ ਇਹ ਬਿਰੀਆ ਹੀ ਪਕਾ ਕੇ ਨਾ ਇਹ ਖਾਇਆ ਕਰੋ। ਯਕੀਨ ਕਰੋ, ਇਹ ਛੋਟਾ ਜਿਹਾ ਪਰਾਂਠਾ ਖਾ ਕੇ ਨਾ ਅਤੇ ਅੱਜ ਬਚਪਨ ਦੇ ਉਹ ਪਰਾਂਠੇ ਯਾਦ ਆ ਗਏ ਨੇ ਜਿਹੜੇ ਸਾਡੀ ਅੰਮੀ ਸਾਨੂੰ ਪਕਾ ਕੇ ਖਵਾਉਂਦੀ ਹੁੰਦੀ ਸੀ। ਇਹ ਤਾਂ ਮੈਨੂੰ ਇੰਝ ਲੱਗ ਰਿਹਾ ਜਿਵੇਂ ਸੁਬਹਾ ਉੱਠਿਆ ਤਾਂ ਮੈਨੂੰ ਭਾਈ ਅੱਗੇ ਬੌਂਗ ਪਾਏ ਦਾ ਨਾਸ਼ਤਾ ਮਿਲ ਗਿਆ। ਉਹ ਸ਼ੋਰਬਾ ਹੁੰਦਾ ਨਾ ਸ਼ੋਰਬਾ, ਉਹਦਾ ਮਜ਼ਾ ਇਸ ਤਰ੍ਹਾਂ ਦਾ ਹੁੰਦਾ। ਲੌਂਗ ਵਗੈਰਾ ਕਾਲੀਆਂ ਮਿਰਚਾਂ ਪੀਸ ਕੇ ਬਣਾ ਕੇ ਦਿੰਦੇ ਸਨ, ਤਾਂ ਕਿ ਜਦੋਂ ਆਉਂਦਾ ਤਾਂ ਜ਼ਿਆਦਾ ਠੰਡ ਲੱਗ ਜਾਵੇ, ਉਹਨੂੰ ਇਹ ਸਾਡੇ ਦੇਸੀ 'ਚ ਬਣਾ ਕੇ ਦਿੰਦੇ ਰਹਿੰਦੇ ਨੇ। ਯਕੀਨ ਕਰੋ, ਇਹ 6 ਰੋਟੀਆਂ ਤੁਸੀਂ ਖਾਧੀਆਂ, ਹੁਣ ਤੋਂ ਇਹ 3 ਗਲਾਸ ਪੀ ਲਵੋ, ਉਸ ਤੋਂ ਬਾਅਦ ਤੁਸੀਂ ਬਰਫ਼ਬਾਰੀ ਦੇ ਵਿੱਚ ਵੀ ਫਿਰਦੇ ਰਹੋ ਨਾ, ਤੁਹਾਨੂੰ ਠੰਡ ਨਾ ਲੱਗੇ। ਬੌਂਗ ਪਾਏ ਵੀ ਲੱਗਦੇ ਨੇ ਜਨਾਬ ਜੀ, ਜੇਕਰ ਸ਼ੋਰਬਾ ਜਿਹੜਾ ਬੌਂਗ ਪਾਵੇ ਜੀ ਅਕਸਰ ਜ਼ਿਆਦਾ ਯਖਨੀ ਜਾਂ ਇਹੋ ਜਿਹੀ ਚੀਜ਼ਾਂ ਅਕਸਰ ਖਾਂਦੇ ਰਹੀਆਂ ਨੇ, ਮਿਲਦੀਆਂ ਵੀ ਹੈਗੀਆਂ ਨੇ।
ਬੋਂਗ ਪਾਏ ਦੇ ਅੱਗੇ ਕੀ ਸ਼ੈ ਨੇ, ਯਕੀਨ ਕਰੋ ਬੋਂਗ ਪਾਏ ਨਾਲੋਂ ਵਧੀਆ ਕੰਮ ਹੈਗਾ ਜੇ। ਵਾਹ ਜੀ ਵਾਹ, ਇਹ ਮੈਨੂੰ ਲੱਗਦਾ ਨਾ ਨਾਸ਼ਤਾ ਹੈ, ਜਿਵੇਂ ਅਸੀਂ ਬੋਂਗ ਪਾਏ ਕਹਿੰਦੇ ਬੋਂਗ ਪਾਏ ਲਿਆਓ ਜੀ, ਇਹ ਕਹਿੰਦੇ ਬੀਰੀਆ ਲਿਆਓ ਜੀ ਸਾਨੂੰ ਬੀਰੀਆ ਖਵਾਓ। ਵੈਸੇ ਦੇਖੋ ਨਾ ਇਹ ਪਕਾਉਣ ਦਾ ਤਰੀਕੇਕਾਰ ਵੇਖੋ, ਸਾਡੇ ਜੇ ਬੋਂਗ ਪਾਵੇ ਵਿੱਚੇ ਬੋਟੀਆਂ ਹੁੰਦੀਆਂ, ਵਿੱਚੇ ਗੋਸ਼ਤ ਹੁੰਦਾ, ਇਹ ਹੁਸ਼ੋਲ ਵਾਲਾ ਘਰਦਾ ਗੋਸ਼ਤ ਇਹਦੇ ਪਾਤਾ ਪਾਉਂਦੇ ਜੇ, ਇਹਦੀ ਸਮੈਲ ਵੀ ਨਹੀਂ ਹੈ ਨਾ, ਇਹਦਾ ਕੋਈ ਮਤਲਬ ਕਿ ਇਸ ਤਰ੍ਹਾਂ ਪੱਕਿਆ ਹੈ ਜਿਵੇਂ ਬੜੇ ਕਾਰੀਗਰ ਨੇ ਪਕਾਇਆ ਹੈ। ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਫਲਾਂ ਦੇ ਤੁਸੀਂ ਜੂਸ ਪੀਤੇ ਹੋਣਗੇ, ਸੇਬ ਦੇ ਹੋ ਗਏ, ਗਾਜਰਾਂ ਹੋ ਗਈਆਂ, ਹੋਰ ਇਹੋ ਜਿਹੀਆਂ ਕਿੰਨੀਆਂ ਚੀਜ਼ਾਂ ਜਿਨ੍ਹਾਂ ਦੇ ਤੁਸੀਂ ਜੂਸ ਪੀ ਜਾਂਦੇ ਹੋ, ਅਤੇ ਇਹ ਜਿਹੜਾ ਜਿਹੜਾ ਯਕੀਨ ਕਰੋ ਇਹ ਖਾਲਸਤਨ ਜਿਹੜਾ ਜਿਹੜਾ ਗੋਸ਼ਤ ਦਾ ਸੂਪ ਹੈਗਾ ਜੇ। ਸਾਡੇ ਇੱਥੇ ਬੋਂਗ ਪਾਏ ਨਾਨ ਦੇ ਨਾਲ ਖਾਧੇ ਜਾਂਦੇ, ਨਾਨ ਦੇ ਨਾਲ ਇਹ ਉੱਥੇ ਤੁਹਾਡਾ ਲੱਗਦਾ ਬੋਂਗ ਪਾਇਆ ਦਾ ਨਾਸ਼ਤਾ ਹੈ, ਇਹ ਟਾਕੋ ਦੇ ਨਾਲ ਤੁਸੀਂ ਖਾਂਦੇ ਹੋ ਨਾਸ਼ਤਾ। ਇਹ ਇਹ ਬੋਂਗ ਪਾਵੇ, ਸਾਡੇ ਬੋਂਗ ਪਾਵੇ ਨਾਨ ਚੱਲਦੇ ਨੇ, ਖਮੀਰੀ ਰੋਟੀ ਬੜੇ ਸ਼ੌਕ ਨਾਲ ਅਸੀਂ ਖਾਂਦੇ ਹਾਂ ਬੋਂਗ ਪਾਏ ਨਾਲ, ਤਿਲਾਂ ਦੇ ਨਾਨ, ਰੋਹਣੀ ਨਾਨ ਬੜਾ ਇਸਤੇਮਾਲ, ਚੀਜ਼ ਅਤੇ ਸ਼ਿਮਲਾ ਮਿਰਚ ਅਤੇ ਨਾਲ ਗੋਸ਼ ਹੀ ਗੋਸ਼ ਹੈ ਅਤੇ ਉੱਤੇ ਪਾਪੜੀ ਹੈਗੀ ਹੈ। ਮੈਂ ਕਹਿੰਦਾ ਅਗਰ ਸਾਡੇ ਇੱਥੇ ਖਾਧਾ ਜਾਵੇ ਨਾ ਤਾਂ ਇਹ ਵੀ ਬੜੀ ਤਾਕਤਵਰ ਚੀਜ਼ ਹੈਗੀ, ਇਹ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰੇਗਾ, ਇਹ ਸਾਡੀ ਜਿਹੜੀ ਜੇ ਨਾ ਸ਼ਰਤੀਆ ਗੱਲ ਹੈਗੀ ਜੇ। ਇੰਝ ਬੰਦਾ ਪਾਵਰਫੁੱਲ ਹੋ ਜਾਂਦਾ, ਸਾਰੀ ਯਕਨੀ ਗੋਸ਼ੇ ਦਾ ਸਾਰਾ ਜ਼ਾਇਕਾ ਇਹਦੇ ਵਿੱਚ, ਬੜਾ ਮਜ਼ਾ ਆ ਰਿਹਾ ਖਾਣ ਦਾ। ਦੇਖੋ ਨਾ ਬੋਂਗ ਬਹੁਤ ਮਜ਼ੇਦਾਰ ਜੀ। ਬਲੱਡ ਪ੍ਰੈਸ਼ਰ ਦੇ ਮਰੀਜ਼ ਤੁਸੀਂ ਨਹੀਂ ਹੈਗੇ, ਹੋਰ ਕੋਈ ਮਸਲਾ ਤੁਹਾਨੂੰ ਨਹੀਂ ਹੈਗਾ, ਤਾਂ ਯਕੀਨ ਕਰੋ ਦੋ ਗਲਾਸ ਤੁਸੀਂ ਸੁੱਟੇ ਉਹਨਾਂ ਡਗਾ ਡਗ ਕਰਕੇ ਤੁਸੀਂ ਡੋਗ ਡੈਥ ਭੁੱਲ ਜਾਓ। ਵੈਸੇ ਇਹ ਸਾਡੇ ਨਾਸ਼ੇ ਉਹਨਾਂ ਨਾਸ਼ੇ, ਇਹ ਨਾ ਹਲਕਾ ਫੁਲਕਾ ਜਿਹਾ ਨਾਸ਼ ਹੈਗਾ, ਕਈਆਂ ਨਾਰਮਲ ਜਿਹਾ ਖਾਇਆ ਹਲਕਾ ਫੁਲਕਾ, ਠੀਕ ਹੈ। ਸਾਡੇ ਤਾਂ ਮਾਸ਼ਾਅੱਲਾ ਦੋ ਦੋ ਨਾਨ ਖਾਂਦੇ ਹਾਂ, ਪਿਆਲਾ ਬੋਂਗ ਦਾ ਪੂਰਾ ਸਟਿਆ, ਅਤੇ ਤਕਰੀਬਨ ਦੋ ਢਾਈ ਤਿੰਨ ਵਜੇ ਭੁੱਖ ਨਹੀਂ ਲੱਗਦੀ, ਨਾਸ਼ੇ ਚੱਲਦਾ ਰਹਿੰਦਾ ਕਿਉਂਕਿ ਡਾਇ ਵੀ ਨਾਸ਼ਾ ਹੁੰਦਾ। ਅਤੇ ਬੀਰੀਆ ਨੇ ਕਮਾਲ ਕਰ, ਪੰਜਾਬੀ ਲੋਕ ਆ ਅਤੇ ਸਾਡੇ ਇਹ ਖੁਰਾਕ ਜਿਹੜੀ ਹੈ ਨਾ, ਇਹ ਤਾਂ ਇੱਕ ਨਵਾਲਾ ਹੀ ਹੈਗਾ ਸਾਡੇ ਹਿਸਾਬ ਨਾਲ, ਬਹੁਤ ਆਲਾ ਕਿਸਮ ਦਾ ਇਹ ਜਿਹੜਾ ਨਾ ਜੂਸ ਹੈਗਾ ਜੇ। ਤਿੰਨ ਕੁਲਚੇ ਤਾਂ ਆਰਾਮ ਨਾਲ ਹੀ ਖਾ ਜਾਂਦੇ ਹਾਂ, ਅਤੇ ਇਹ ਬੀਰੀਆ ਜਿਹੜਾ ਪੰਜ ਛੇ ਬੀਰੀਆ ਹੋਣ ਅਤੇ ਦੋ ਗਲਾਸ ਹੋਣ, ਅਤੇ ਮੈਂ ਕਹਿੰਦਾ ਬੱਲੇ ਬੱਲੇ ਹੋ ਜਾਵੇ ਕਿ। ਤੁਸੀਂ ਸਾਡੀ ਵੀਡੀਓ ਨੂੰ ਦੋਸਤਾਂ ਨਾਲ ਵੀ ਸ਼ੇਅਰ ਕਰਿਆ ਕਰੋ, ਕਿਉਂਕਿ ਉਹਨਾਂ ਨੂੰ ਵੀ ਪਤਾ ਹੋਵੇ, ਨਾਲੇ ਪੈਟਰੀਓਨ 'ਤੇ ਵੀ ਸਾਨੂੰ ਇੱਥੇ ਸਪੋਰਟ ਕਰਿਆ ਕਰੋ, ਇੱਥੇ ਵੀ ਕਲਿੱਕ ਕਰ ਦਿਆ ਕਰੋ, ਸਾਡੀ ਵੀਡੀਓ ਦੇ ਨਜ਼ਾਰੇ ਲਿਆ ਕਰੋ, ਨਾਲੇ ਤੁਹਾਨੂੰ ਮਜ਼ੇ ਆਉਣਗੇ, ਇੰਜੋਏ ਕਰੋਗੇ। ਅੱਲਾ ਹਾਫਿਜ਼।